और फिर किदा तैयारी है? किदा जी सारे सारे नु सत श्री अकाल। उम्मीद करते हैं बिल्कुल ठीक ठाक होवोंगे। अज असी लास्ट टाइम मैं लैके चलिया वा शॉपिंग कराउन। वैसे तुहानू पहला दस्या सीगा कि बेबी शॉवर आ रहा, तो वो आप तैयारियां चलती पई आ। सो उसी तैयारी का पार्ट है ये कि जिहड़ी ड्रैस हो गई या होर भी कुछ हो गया। फिलहाल आप ड्रैस की गल करिए, उदन दस्या सी कि ड्रैस कितने नहीं मिलती। ड्रैस दस्या सी ड्रैस भी मैं क्या दस्या सी आप लास्ट व्लॉग च भी ड्रैस कितने नहीं मिली। सो अज वाकई लास्ट दिन आ, मैं मतलब कह चुकिया मैं इदू बाद आपां जाणा। असीं बहुत बार जाया आ, टाइम भी थोड़ा रह गया, लेके भी नहीं जाना, इदू बाद नहीं लैके जाना हुण, ठीक है। अच्छा पता की गल, एक होर इंटरेस्टिंग गल की दसां, ड्रैस भी कहड़ी देखण जा रहे हैं जिहड़ी सब तो पहला देखी सी। सब तो पहला दिन ड्रैस देखी सी शायद मैं ही देखी सी मैनूं लगदा। हाँ जी, पता बी ठीक लगती है, वधिया लगती है। तो उस ड्रैस से फिर आके कह लो भी मतलब गरारी अड़ गई या उही लैनी पैनी आ, बिकॉज होर वधिया नहीं लगी। बाकी आपां ट्रेंड सेट करने हुंदे ने, ठीक है। जरूरी नहीं हुंदा भी जिहड़ी चीज़ चलदी आ आपां उहदे वगल ही जाणा। सो आपां की कहने आपां हैगा ट्रेंड सेटर, है ना, ठीक है। ਆਪਾਂ ਨਵੇਂ ਟ੍ਰੈਂਡ ਚਾਲੂ ਕਰੀਏ। ਤੇ ਦੱਸਿਓ ਜਦੋਂ ਅਸੀਂ ਤੁਹਾਨੂੰ ਨਾ ਫੋਟੋਜ਼ ਐਂਡ ਵੀਡੀਓ ਸ਼ੇਅਰ ਕਰਾਂਗੇ, ਤੁਹਾਨੂੰ ਕਿੱਦਾਂ ਦੀ ਲੱਗੀ ਹੈ, ਕਿੱਦਾਂ ਦੀ ਲੱਗੀ ਤੁਹਾਨੂੰ ਸਾਡੀ ਚੁਆਇਸ। ਤੇ ਬਾਕੀ ਕਦੋਂ ਆਪਾਂ ਜਦੋਂ ਕਦੇ ਨਵੀਂ ਚੀਜ਼ ਕਰਨੀ ਹੁੰਦੀ ਆ ਜਾਂ ਆਪਾਂ ਕੋਈ ਨਵੀਂ ਚੀਜ਼ ਲਾਈਕ ਆਪਾਂ ਟਰਾਈ ਕਰਦੇ ਆ ਨਾ, ਸੋ ਆਪਣੇ ਵੱਲੋਂ ਆਪਾਂ ਬੈਸਟ ਕਰਾਂਗੇ ਕੋਸ਼ਿਸ਼ ਕਰਨ ਦੀ, ਬਟ ਕਰਕੇ ਹੀ ਪਤਾ ਲੱਗਦਾ ਹੁੰਦਾ ਵੀ ਉਹ ਕਿੱਦਾਂ ਦੀ ਲੱਗਦੀ ਆ, ਹੈ ਨਾ। ਸੋ ਉਮੀਦ ਕਰਦੇ ਹਾਂ ਵੀ ਵਧੀਆ ਲੱਗੂਗੀ ਤੁਹਾਨੂੰ ਸਾਰਿਆਂ ਨੂੰ ਵੀ। ਬਾਕੀ ਚਲੋ ਚੱਲਦੇ ਆ ਜੀ, ਚੱਲਦੇ ਆ, ਬਹੁਤ ਟਾਈਮ ਹੋ ਗਿਆ ਸਾਨੂੰ। ਹਾਂਜੀ, ਕਿੰਨੀ ਗਰਮੀ, ਗੱਡੀ ਪੂਰੀ ਤਪੀ ਪਈ ਆ। ਓਹੋ, ਜਾਣਾ ਕਿੱਥੇ ਆਪਾਂ ਅੱਜ? ਵਾਨ ਮਿਲਸ ਦੇ ਵੀ ਬਹੁਤ ਗੜੇ ਲਾ ਲੈਨੇ ਵੈਸਾ, ਬਾਕੀ ਮਾਲਸ ਦੇ ਵੀ ਅਸੀਂ ਲਗਾ ਲੈਨੇ, ਸ਼ਾਇਦ ਹੀ ਹੋਵੇ ਕੋਈ ਮਾਲ ਛੱਡਿਆ ਹੋਵੇ ਨੇੜੇ ਤੇੜੇ। ਤੇ ਵਾਨ ਮਿਲਸ ਵਾਲੇ ਤਾਂ ਮੰਨ ਲਾ ਤਾਂ ਹੁਣ ਸਾਨੂੰ ਕੈਮਰੇ ਚੋਂ ਹੀ ਪਛਾਣ ਲੈਂਦੇ, ਉਹਨਾਂ ਵੀ ਆ ਗਏ ਉਹੀ ਬੰਦੇ ਨੇ। बाकी भी जाने रहने ओदा भी, चलो वधिया बंदे भी मिलते ने, कई जने पछाणदे हुंदे ने ओदा भी, ते ओह भी वधिया लगदा। बाकी हुण मन लगदा गोरे भी पछाणन लग जाणगे। वैसे तां ब्रैम्पटन च घट ही ने, ब्रैम्पटन च तां कोई देखदा ही नहीं ना। नहीं आपां वॉन च जाणा ना, वॉन भी कोले ही आ, मतलब वॉन च भी उन्ने ज्यादा नहीं हैगे जिन्ने आपां नूं नॉर्मली आस्ट्रेलिया देखदे हुंदे सीगे। शर्वी गार्डनस हुंदे आ, शर्वे गार्डन थोड़े हाँ है ये ज़्यादा। अपना बेबी शावर कर दो। दसो। Less than a week away। अच्छा, इतना टाइम थोड़ा रह गया ना। नहीं थोड़ा रह गया। ते ऐसी साड़ियाँ बहुत तैयारियाँ, मतलब साड़ियाँ चल रही हैं ने, हो गई हैं ने, विच विच पहिए हैं ने थोड़ी है बहुत ही हैं, ते मतलब जो भी कार्ड इधर वाली ही पहिए ने, बाकी का होती है। ਵੀ ਦੱਸੋ ਵੀ ਅਸੀਂ ਕੀ ਕਰੀਏ, ਮਤਲਬ ਕਿ ਜਿੰਨਾ ਕੁ ਸਾਨੂੰ ਪਤਾ ਹੈ ਨਾ, ਜਿੰਨਾ ਕੁ ਅਸੀਂ ਸੁਣਿਆ ਜਾਂ ਸਾਨੂੰ ਪਤਾ, ਤੇ ਅਸੀਂ ਉਹਨਾਂ ਕੁ ਕਰ ਰਹੇ ਆ। ਤੇ ਤੁਹਾਨੂੰ ਅਗਰ ਮਤਲਬ ਕੁਛ ਪਤਾ ਆ ਇਸ ਚੀਜ਼ ਬਾਰੇ, ਕੁਛ ਹੋਰ ਇੰਟਰਸਟਿੰਗ ਚੀਜ਼, ਉਹ ਸਾਨੂੰ ਤੁਸੀਂ ਕਮੈਂਟਸ ਵਿੱਚ ਦੱਸੋ, ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹ ਵੀ ਕਰੀਏ, ਹੈ ਨਾ। ਹਾਂਜੀ ਬਿਲਕੁਲ, ਜਿੰਨੀ ਚੀਜ਼ ਕੋਈ ਇੰਟਰਸਟਿੰਗ ਤੁਸੀਂ ਦੱਸ ਸਕਦੇ ਹੋ, ਕੋਈ ਗੇਮਸ ਕੁਛ ਵੀ, ਉਹ ਤੁਸੀਂ ਜ਼ਰੂਰ ਦੱਸਿਓ, ਅਸੀਂ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਦੇ ਵਿੱਚ ਲਈਏ। छोटा जहा फंक्शन।
ਮੈਂਸ਼ਨ ਕਰਿਆ ਸਾਨੂੰ ਇਦਾਂ ਕਿ ਅਸੀਂ ਇਸ ਜਿਹੜੀ ਮੂਵਮੈਂਟ ਅਸੀਂ ਉਹਨੂੰ ਇੰਜੋਏ ਕਰਨਾ ਚਾਹੁੰਦੇ ਹਾਂ ਇਦਾਂ ਵੀ ਨਹੀਂ ਹੈਗਾ ਕਿ ਬਹੁਤ ਵੱਡਾ ਹੋਇਆ ਗ੍ਰੈਂਡ ਇਦਾਂ ਦੇ ਕੋਈ ਚੀਜ਼ ਨਹੀਂ ਜਿੰਨਾ ਕਿ ਅਸੀਂ ਕਰੀਏ ਮਤਲਬ ਅਸੀਂ ਉਸ ਚੀਜ਼ ਨੂੰ ਪੂਰਾ ਇੰਜੋਏ ਕਰੀਏ ਇਹ ਟਾਈਮ ਬਾਰ ਬਾਰ ਨਹੀਂ ਆਉਂਦਾ ਹੁੰਦਾ ਇਸ ਕਰਕੇ ਮੈਨੂੰ ਹੈ ਕਿ ਇਹ ਬਹੁਤ ਵਧੀਆ ਹੋਵੇ ਸਪੈਸ਼ਲ ਜਿਹਾ ਹੋਵੇ ਹਨਾ ਅਸੀਂ ਇੱਕ ਗੱਲ ਹੋਰ ਦੱਸ ਦਈਏ ਦੱਸੋ ਤੁਸੀਂ ਦੱਸੋ ਇੱਕ ਗੱਲ ਹੋਰ ਵੀ ਖਾਸ ਆ ਅਸੀਂ ਸੋਚ ਰਹੇ ਹਾਂ ਉਹ ਕਰਨ ਦੀ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਸਾਨੂੰ ਪੁੱਛਦੇ ਹੋ ਹਨਾ ਤੇ ਅਸੀਂ ਸੋਚਿਆ ਵੀ ਅਸੀਂ ਜੈਂਡਰ ਰਿਵੀਲ ਵੀ ਕਰੀ ਦਈਏ ਸੋਚ ਰਹੇ ਹਾਂ ਸ਼ੋਅਰ ਤੇ ਕਿ ਅਸੀਂ ਜਿਹੜਾ ਜੈਂਡਰ ਆ ਉਹ ਵੀ ਰਿਵੀਲ ਕਰ ਦਈਏ ਸੋ ਬਹੁਤ ਵਧੀਆ ਹੋਣ ਵਾਲਾ ਆ ਤੇ ਇੰਟਰਸਟਿੰਗ ਹੋਊਗਾ ਦੇਖਿਓ ਤੁਸੀਂ ਜ਼ਰੂਰ ਕਰ ਦਈਏ ਹੈ ਬੋ ਤੁਹਾਡੇ ਨਾਲ ਦੀ ਗੱਡੀ ਖੜੀ ਆ ਮੈਚ ਕਰ ਦੇ ਮਤਲਬ ਮੈਚਿੰਗ ਕਰ ਦੀ ਹਾਂਜੀ ਪਹੁੰਚ ਗਏ ਅਸੀਂ ਵਨ ਮਿਲਸ ਅੱਜ ਅਸੀਂ ਫੇਰ ਆ ਗਏ ਇੰਨੀਆਂ ਡਰੈਸਾਂ ਨੇ ਪਸੰਦ ਫੇਰ ਨਹੀਂ ਆਉਂਦੀ ਵੱਡਿਆਂ ਦੀ ਹੈ ਪਲੱਸ ਸਾਈਜ਼ ਚਲੋ ਮੈਂ ਆਪਣੇ ਵਾਸਤੇ ਤਾਂ ਕਹਿ ਨਹੀਂ ਗਈ ਮੰਮੀ ਵਾਸਤੇ ਤੇ ਸਾਰੇ ਪਲੱਸ ਨੇ ਨਾ ਸਾਈਜ਼ ਦਿਖਾਣੇ ਨਾ ਤੁਸੀਂ ਕਿਹੜੀ ਡਰੈਸ ਲੈ ਰਹੀਆਂ ਮੈਂ ਚਾਹੋ ਤਾਂ ਮੈਂ ਦਿਖਾ ਦਿੰਦਾ ਜੇ ਉਦਣ ਪਾ ਕੇ ਦਿਖਾਉਣੀ ਆ ਤਾਂ ਵੱਖਰੀ ਗੱਲ ਆ ਦਿਖਾ ਦਿੰਨੇ ਆ ਫਿਰ ਦਿਖਾ ਦਿੰਨੇ ਆ ਵੈਸੇ ਦੇਖ ਚੁੱਕੀ ਆ ਇਸ ਟਾਈਮ ਚਲੋ ਲੈ ਲਾ ਲਓ ਚਲੋ ਕੱਢੋ ਫਿਰ ਅਸੀਂ ਵੈਸੇ ਜਿਹੜੀ ਲੈਣ ਆਏ ਹਾਂ ਆਪਾਂ ਉਹ ਲੈ ਲਈਏ ਉਹ ਲੈ ਲਈਏ ਹੁਣ ਆਪਾਂ ਕੁਝ ਹੋਰ ਵੀ ਤਾਂ ਲੈਣਾ ਨਾਲ ਚਲੋ ਫਿਰ ਆਪਾਂ ਤੁਹਾਡੇ ਉਹ ਵੀ ਨਾਈਟ ਸੂਟ ਦੇਖ ਲੈਣੇ ਨੇ ਬਸ ਪੈਰੋਂ ਮੇਂ ਡਾਲਨੇ ਵੀ ਕੇ ਲਈ ਵੀ ਕੁਝ ਲੈਣਾ ਹੈ ਡਰੈਸ ਲੈ ਵੀ ਲਈ ਹੈ ਫਾਈਨਲੀ ਚਲੋ ਡਰੈਸ ਲੈ ਲਈ ਆ ਬਟ ਇਹਨਾਂ ਨੂੰ ਡਰੈਸ ਲੈਣ ਤੋਂ ਬਾਅਦ ਵੀ ਨਾ ਸਟੋਰ 'ਚੋਂ ਕੱਢਣਾ ਬਹੁਤ ਜ਼ਿਆਦਾ ਔਖਾ ਫਿਰ ਵੀ ਇੱਦਾਂ ਹੁੰਦਾ ਵੀ ਕੁਛ ਹੋਰ ਲੈ ਲਈਏ ਕੁਛ ਹੋਰ ਲੈ ਲਈਏ ਆ ਜਾਓ ਹੁਣ ਆਪਾਂ ਪਹਿਲਾਂ ਜੋ ਐਕਚੁਅਲ 'ਚ ਅੱਗੇ ਲੈਣਾ ਉਹ ਲੈ ਲਈਏ ਆ ਜਾਓ ਵੌਨ ਦਾ ਫੂਡ ਕੋਰਟ ਖਾਣਾ ਕੁਛ ਚਾਹ ਪੀ ਲਈਏ ਚਾਹ ਤੋਂ ਇਲਾਵਾ ਕੋਈ ਸੋਚਦਾ ਹੀ ਨਹੀਂ ਹੋਰ ਟਿਮ ਹੋਟਲ ਦੀ ਗੱਲ ਸੀ ਇੱਥੇ ਆਈ ਡੋਨਟ ਨੋ ਫੂਡ ਕੋਰਟ ਦੇ ਵਿੱਚ ਟਿਮ ਹੋਟਲ ਕਿਉਂ ਨਹੀਂ ਖੋਲਿਆ ਮੈਂ ਉੱਥੇ ਆ ਡਿਫਰੈਂਟ ਆ ਅਲੱਗ ਜਗ੍ਹਾ ਤੇ ਬਣਾਇਆ ਹੋਇਆ ਔਰ ਇਹ ਆਸਟ੍ਰੇਲੀਆ ਦਾ ਲੁਵੀਸਾ ਹੈ ਪਰ ਕੈਨੇਡਾ ਵਿੱਚ ਕਲੇਅਰਸ ਆ ਐਂਡ ਇੱਥੇ ਸਾਰੇ ਐਕਸੈਸਰੀਜ਼ ਜਿਹੜੀਆਂ ਨੇ ਤਿੰਨ ਚੀਜ਼ਾਂ ਲਓ ਤੇ ਤਿੰਨ ਫ੍ਰੀ ਫ੍ਰੀ ਦੇ ਚੱਕਰ ਚ ਪਹਿਲਾਂ ਤਾਂ ਤਿੰਨ ਸੋਚਣੀਆਂ ਵੀ ਕਿਹੜੀਆਂ ਲੈਣੀਆਂ ਲੈਣੀ ਇੱਕ ਚੀਜ਼ ਸੀਗੀ ਹੁਣ ਤਿੰਨ ਸੋਚਣੀਆਂ ਤੇ ਉਸ ਤੋਂ ਬਾਅਦ ਤਿੰਨ ਜਿਹੜੀਆਂ ਫ੍ਰੀ ਨਾਲ ਦੀਆਂ ਨੇ ਉਹ ਸੋਚਣੀਆਂ ਵੀ ਕਿਹੜੀਆਂ ਲੈਣੀਆਂ ਸੋ ਕੋਈ ਨਹੀਂ ਲੈਣੀ ਇੱਕ ਲਓ ਤੇ ਚਲੋ ਸੋ ਇੱਥੋਂ ਵੀ ਹੋ ਗਿਆ ਹੁਣ ਕਿੱਥੇ ਜਾਣਾ ਮੰਮਾ ਬਣਨ ਵਾਲੀ ਆ ਸਾਰੇ ਮੰਮਾ ਬਣਨ ਵਾਲੇ ਨੇ ਇੱਥੇ ਹੈ ਉਹ ਵੀ ਵਿਚਾਰੀ ਤੁਰ ਤੁਰ ਥੱਕ ਗਈ ਅੜੀ ਦਾ ਵੀ ਇਦਾਂ ਕਰਕੇ ਤੁਰ ਗਈ ਜਦੋਂ ਵੀ ਅਸੀਂ ਕਿਸੇ ਮਾਲ 'ਚ ਜਾਂਦੇ ਹਾਂ ਬੱਚਿਆਂ ਵਾਲੀ ਸ਼ੌਪ 'ਤੇ ਆ ਕੇ ਬਸ ਇਹ ਅਟਰੈਕਟ ਹੋ ਜਾਂਦੇ ਹਾਂ ਕਿਉਂਕਿ ਆਪਾਂ ਲੈਣੇ ਆ ਹੁਣ ਇਸ ਕਰਕੇ ਮੈਂ ਦੇਖ ਵੀ ਨਹੀਂ ਆ ਕਲੈਕਸ਼ਨ ਹਲੇ ਹੈਗਾ ਟਾਈਮ ਥੋੜ੍ਹਾ ਜਿਹਾ ਪਰ ਜ਼ਿਆਦਾ ਤਾਂ ਨਹੀਂ ਹੈਗਾ ਹੁਣ ਹੁਣ ਤੁਸੀਂ ਦੇਖ ਸਕਦੇ ਹੋ ਵੈਸੇ ਮੈਂ ਕਹਿ ਸਕਦਾ
ਆਪਾਂ ਨੂੰ ਕਿਹੜੀ ਵਾਲੀ ਲੈਣੀ ਚਾਹੀਦੀ ਹੈ? ਵਿੰਟਰਸ ਵਾਲੀ ਲਵਾਂਗੇ ਕਿ ਸਮਰ ਵਾਲੀ ਲੈਣੀ ਹੈ? ਠੀਕ ਠੀਕ ਜੇ ਮਿਕਸ। ਓ ਵਾਓ, ਤੁਸੀਂ ਮਿਕਸ ਲਵੋਗੇ ਬਿਕੋਜ਼ ਵਧੀਆ ਮੌਸਮ ਹੋਣਾ ਉਦੋਂ। ਸੋ ਤੁਸੀਂ ਦੋਨੋਂ ਦੋਨੋਂ ਹੀ ਲੈਣੀ ਚਾਹੁੰਦੇ? ਬੱਚਿਆਂ ਦੇ ਹਿਸਾਬ ਨਾਲ ਵੈਸੇ ਥੋੜ੍ਹਾ ਜਿਹਾ ਠੰਡ ਵਾਲੇ ਪਾਸੇ ਜ਼ਿਆਦਾ ਲੈਂਦੇ ਹੁੰਦੇ ਹਾਂ। ਇੱਕ ਹੋਰ ਬੇਬੀ ਸਟੋਰ ਉਹੀ ਨਾ, ਆਪਾਂ ਸ਼ੋਪ ਦੇਖ ਲਈ ਆ, ਜਦੋਂ ਲੋੜ ਪੈਣੀ ਜਦੋਂ ਲੇਟ ਪੈਣੀ ਆਪਾਂ ਕੇ ਲੈ ਜਾਣਾ। ਉਹ ਦੇਖੋ ਕੁਛ ਕਰੀ ਜਾਂਦਾ। ਉਹ ਤੇ ਹੋਣਾ ਨਾ, ਇਹ ਬੈਟਰੀ ਵਗੈਰਾ ਤੇ ਹੋਣਾ। ਕੈਨੇਡਾ ਵਾਲੇ ਉਹ ਗੈਸ ਕਰੋ ਇਹ ਕਿਹੜਾ ਸਟੋਰ ਆ, ਤੁਹਾਨੂੰ ਇੰਨੀ ਕੁ ਲੋਕੇਸ਼ਨ ਦਿਖਾ ਕੇ। ਜਿਹੜੇ ਵੀ ਆਪਣੇ ਕੈਨੇਡਾ 'ਚ ਹੈਗੇ ਨੇ ਉਹ ਵੈਸੇ ਤਾਂ ਜਾਣਦੇ ਹੋਣੇ ਆ, ਅਤੇ ਮੈਨੂੰ ਲੱਗਦਾ ਵੀ ਬਹੁਤ ਚੰਗੀ ਤਰ੍ਹਾਂ ਉਹ ਗੈਸ ਕਰ ਲੈਣਗੇ ਵੀ ਇਹ ਕਿਹੜਾ ਸਟੋਰ ਹੈ। ਸੋ ਆ ਦੇਖ ਕੇ ਦੱਸੋ ਵੀ ਇਹ ਕਿਹੜਾ ਸਟੋਰ ਹੈ। ਜਿਹਦਾ ਸਹੀ ਜਵਾਬ ਆਇਆ ਆਪਾਂ ਉਹਦਾ ਆਪਾਂ ਪਿੰਨ ਕਰਨਾ ਕਮੈਂਟ, ਠੀਕ ਹੈ? ਲਓ ਜੀ ਇੰਨਾ ਕੁ ਦਿਖਾ ਕੇ। ਆਈ ਨਹੀਂ ਪਸੰਦ ਕੋਈ? ਨਹੀਂ, ਕਿਉਂਕਿ ਮੈਨੂੰ ਥੋੜੀ ਫਲੈਟ ਚਾਹੀਦੀ ਹੈ ਨਾ। ਯੈਸ, ਇਹ ਤਾਂ ਗੱਲ ਹੈਗੀ ਆ, ਆਪਸ਼ਨਸ ਘਟ ਜਾਂਦੀਆਂ ਨੇ ਨਾ। ਹੈਂ, ਟੈਂਸ਼ਨ ਹੀ ਦੇਖ ਕੇ ਦਿਲ ਬਹੁਤ ਕਰਦਾ ਵੀ ਲੈ ਲਈ। ਕੋਈ ਨਾ, ਲਈ ਲੈਣੀਆਂ ਬਹੁਤ ਜਲਦੀ, ਥੋੜਾ ਹੀ ਟਾਈਮ ਰਹਿ ਗਿਆ। ਹੁਣ ਕਿਹੜੇ ਤੇ ਜਾਣਾ ਫਿਰ? ਆਪਾਂ ਦੋ ਤੇ ਆਲਰੇਡੀ ਜਾਏ ਆ, ਤਿੰਨ ਤੇ ਜਾਏ ਆ। ਥਰਡ ਸੀਗਾ ਆਲਡੋ, ਹੁਣ ਲਾਸਟ ਵਾਲੇ ਤੇ ਜਾਣਾ ਨਾ ਜਿਹਦੇ ਸੈਕਿੰਡ ਟਾਈਮ ਗਏ ਸੀ। ਇੱਕ ਛੋਟਾ ਸਾਈਜ਼ ਚਾਹੀਦਾ ਇੱਕ। ਪੱਕਾ ਡਨ ਹੋ ਗਈ ਫਿਰ ਹੁਣ ਇਹ? ਠੀਕ ਲੱਗ ਰਹੀ ਹੈ ਮੈਨੂੰ ਤਾਂ, ਕਿੰਨਾ ਚਾਰ ਚੜਿਆ ਹੋਇਆ ਹੀਲ ਫੋਨ ਦਾ। ਇਹੀ ਪਾ ਲਓ ਤੁਸੀਂ ਫਿਰ, ਦੇਖੋ ਫਿਰ ਵਰਦੇ ਤੁਹਾਡੇ ਦੇ ਕਮੈਂਟ। ਪਾ ਨਹੀਂ ਸਕਦੀ, ਲੈ ਦੋ ਵੈਸੇ ਬਾਅਦ ਵਿੱਚ ਪਾ ਲੂੰਗੀ। ਪਲਾਨ ਚੇਂਜ ਕਰਦੇ, ਸਟਾਰਬਕਸ ਤੇ ਆ ਗਏ ਨੇ ਟੀਮ ਹੋਟਲ ਦੀ ਜਗ੍ਹਾ ਤੇ, ਕਿਉਂਕਿ ਬਹੁਤ ਕੰਮ ਕੇ ਜਾਣਾ ਪੈਣਾ ਹੁਣ ਉੱਥੇ। ਜ਼ਿਆਦਾ ਦੂਰ ਨਹੀਂ ਹੈਗਾ, ਬਟ ਐਨੀਵੇ ਇੱਥੇ ਵੀ ਲਾਈਨ ਲੰਬੀ ਲੱਗੀ ਹੋਈ ਹੈ। ਜੇ ਤੁਸੀਂ ਫਿਲਹਾਲ ਇੰਨਾ ਟਾਈਮ ਲਗਾਉਂਦੇ ਹੋ ਸ਼ਾਪਿੰਗ ਨੂੰ, ਕੱਲ੍ਹ ਤਾਂ ਬੇਬੀ ਵਾਸਤੇ ਵੀ ਕਰਨੀ ਪਊਗੀ, ਫਿਰ ਤਾਂ ਹੋਰ ਵੀ ਜ਼ਿਆਦਾ ਔਖਾ ਜਾਣਾ। ਨਹੀਂ ਮੈਨੂੰ ਨਹੀਂ ਲੱਗਦਾ ਲੱਗੂਗਾ ਜੀ। ਕਿੱਦਾਂ ਔਖਾ ਜਾਣਾ? ਮੇਰਾ ਨਾਮ ਦੇਖੋ ਕੀ ਲਿਖ ਕੇ ਦਿੱਤਾ ਉਹਨਾਂ ਨੇ। ਕੈਰਮਲ ਰਿਬਨ ਕ੍ਰੰਚ ਵੀ ਆ ਗਿਆ ਆਪਣਾ, ਮਿੱਠਾ ਤਾਂ ਇਹਦੇ ਵਿੱਚ ਹੈਗਾ, ਪਰ ਹੁਣ ਵਾਂਸ ਇਨ ਅ ਵਾਈਲ ਕਮਾਲ ਹੀ ਆ ਵੈਸੇ, ਪੂਰਾ ਮਜ਼ਾ ਆ ਜਾਂਦਾ ਇਹਨਾਂ, ਮੈਨੂੰ ਤਾਂ ਬਹੁਤ ਟੇਸਟੀ ਲੱਗਦਾ। ਰਹੀ ਗੱਲ ਸ਼ੂਗਰ ਦੀ, ਨਹੀਂ ਨਹੀਂ ਰਹੀ ਗੱਲ ਸ਼ੂਗਰ ਦੀ, ਤੁਸੀਂ ਜਿਵੇਂ ਅੰਦਰ ਪਹਿਲਾਂ ਕਿਹਾ ਸੀਗਾ ਸ਼ੂਗਰ, ਤਾਂ ਮੈਂ ਇਹਦੇ ਵਿੱਚ ਹਾਫ ਪਵਾਈ। ਇਹ ਨਹੀਂ ਹੈਗਾ ਕਿ ਜੋ ਉਹਨਾਂ ਨੇ ਪਿਲਾਤਾ ਆਪਾਂ ਪੀ ਲਿਆ, ਸੋ ਆਪਾਂ ਨੂੰ ਕਸਟਮਾਈਜ਼ ਕਰਾ ਲੈਂਦੇ। ਤੁਹਾਡੀ ਚਾਏ ਲੱਟ ਇਹ ਸਾਹਮਣੇ ਕੀ ਕਰੂਗੀ? ਮੈਂ ਚੰਗਾ ਪਹਿਲਾਂ ਕਿਹਾ ਸੀਗਾ ਵੀ ਇਹ ਲੈਂਦੇ ਆ। ਜ਼ਿੰਦਗੀ ਦਾ ਅਸੂਲ ਬਣਾਓ ਕਿ ਤੁਸੀਂ ਵੱਖਰੀਆਂ ਵੱਖਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਟਰਾਈ ਕਰਨੀਆਂ ਨੇ,
ਇਹ ਨਹੀਂ ਹੈਗਾ ਵੀ ਚਾਹੇ ਦੇ ਮਗਰ ਆਪਾਂ ਪਏ ਆ ਤਾਂ ਹਮੇਸ਼ਾ ਚਾਹ ਹੀ ਪੀਣੀ ਆ ਜੇ ਆਪਾਂ ਕੁਛ ਨਵਾਂ ਟਰਾਈ ਕਰਾਂਗੇ ਤਾਂ ਹੀ ਆਪਾਂ ਨੂੰ ਪਤਾ ਲੱਗੂਗਾ ਵੀ ਉਹ ਵਧੀਆ ਜਾਂ ਨਹੀਂ ਹੈਗਾ ਸੋ ਆਲਵੇਸ ਕੀਪ ਔਨ ਟਰਾਇੰਗ ਲਈ ਤਾਂ ਚਾਹ ਹੀ ਆ ਔਰ ਇਹ ਸਟਾਰਬਕਸ ਦੀ ਵੀ ਤੁਸੀਂ ਪਹਿਲਾਂ ਪੀਤੀ ਹੋਈ ਆ ਕਾਫੀ ਵਾਰੀ ਮੰਨੀ ਜੀ ਹੁੰਦੀ ਆ ਫਿਰ ਗੱਲ वैसे ना एक गल मैं इतने बैठे बैठे नोटिस की थी कि मैं ज्यादा कुड़ियां ही दिख रही ने जी ध्यान नाल देखिए ना तो मैं कुड़ियां ही दिखी ज्यादा ऐसा मतलब कुड़ी शॉपिंग बस कुड़ियां ही काम ही नहीं है जो कुड़ियां और कुड़ियां ही कर दी शॉपिंग जेडे जेंट्स आए हो फैमिली फूमली नु लेके आए हो वो तो बच्चे सामने वास्ते आंदे हो बेचारे तो तुम तैयार रहो फिर ठीक है ना अफसोस हो रहा भी क्यों नहीं लिती है ना कमाल दी गल चलिए एंटर किया आ गए जाने वास्ते इसी स्टोर तो असी पिछे पार्क की कार इतों ही असी हुण वापस जा रहे हैं ठीक है बाकी होर भी ऐसा प्रेपरेशन रहिंदियां ने ठीक है फिलहाल शॉपिंग डन आई थिंक जिहड़ी एसेसरीज भी हो गई तुहाडियां जुत्ती भी होगी तुहाडी ड्रैस भी होगी तुहाडी ड्रैस भी होगी यू आर ऑल डन बाय कर रहे कहो भी शॉपिंग बैग हाथ च फड़ के कितनी सोहनी नींद आउंदी है।